ਹਰੇ ਜਾਕ ਤਾਂ ਪਹਿਲੇ ਪਤਾ ਕੀ ਕਰਦੇ ਹੈ ਜੇ ਜਿਸ ਵੇਲੇ ਕੋ ਕੋਟ ਲਾਣਾ ਹੁੰਦਾ ਹੈ ਨੀ ਤੇ ਛੁਪੀਏ ਜਾਣਾ ਮਾਰੇ ਕਿ ਉਸਨੇ ਦਿਖ ਹੀ ਲਿਆ ਜੀ ਆ ਸਭ ਫੜਕੋਈ ਹੈ ਤੇ ਘਰੂਆਂ ਪੋਣਾ ਸ਼ੈਲ ਸੋਟਾ ਤਾਂ ਉਹ ਕੀ ਕਰਦੇ ਹੈ ਭਲਾ ਮਾਰੇ ਕੋਈ ਨਾ ਹੈਲਮਟ ਪਾਈ ਚੱਲੀ ਆਣੀ ਹੈ ਕੋਈ ਹੈਲਮਟ ਪਾਈ ਚੱਲੀ ਅੰਦਾ ਕੋਈ ਉਸਨੇ ਮਾਸਕ ਜਿਹੜਾ ਉਹ ਪਾਈ ਚੱਲੀ ਆਣਾ ਕੋਈ ਉਸਨੇ ਰਮਾਲ ਜਿਹੜਾ ਉਹ ਬੰਨੀ ਲੈਣਾ ਤਾਂ ਕਿ ਸਾਨੂੰ ਕੋਈ ਦਿਖੀ ਨਹੀਂ ਲੈ ਮੂੰਸ਼ ਪਾਉਂਦੇ ਛਿਪਾਉਂਦੇ ਜਿਹੜਾ ਉਹ ਵਾਈਨ ਸ਼ਾਪ ਤੱਕ ਜਾਂਦੇ ਹੈ ਫਿਰ ਉਥੋਂ ਬੀਅਰ ਲੀਏ ਜਿਹੜਾ ਹੈ ਉਹ ਆਪਣੀ ਪਾਰਟੀ ਜੜੀ ਆਪਣਾ ਟੌਨੀ ਜੜਾ ਲਾਂਦੇ ਜਿਹੜੇ ਤਾਂ ਤਬਾਹੀ ਦੇ ਉਹ ਤਾਂ ਠੀਕ ਨੇ ਤੇ ਜਿਹੜੇ ਬੱਚੇ ਕੁਜੇ ਦੇ ਹੁਣ ਇਹ ਤਾਂ ਜੀਣ ਤੋਂ ਇਹੋ ਲਈਆਂ ਤੁਸੀਂ ਆਫਰਾਂ ਲਾਉਂਦੇ ਰੋਗੀ ਡਿਪਾਰਟਮੈਂਟਲ ਸਟੋਰਿਆਂ ਚ ਜੀਏ ਕਿ ਡੋਲ ਕੇ ਮਾਰਾਂ ਅੰਦਰ ਬੜਾ ਡਾਫੋ ਤੇ ਚੱਲੋ ਨਿਗਲੀ ਆਓ ਤੇ ਇਹੋ ਲਿਆ ਕੰਮ ਜੇ ਸ਼ੁਰੂ ਹੋਈ ਆ ਤੇ ਤਬਾਹੀ ਹੋਈ ਆਣੀ ਐ ਜੰਮੂ ਨਵਾਸਤੇ ਆਉਂ ਪ੍ਰਗੈਸ ਲੋਤਰਾ ਸਿੱਧਿਲਕੀਰ ਉੱਪਰ ਤੁਸੀਂ ਸਾਰੇ ਲੋਕਿਆ ਆਰਾਮ ਮਤਾ ਮਤਾ ਮਲਾਰ ਕਰਨੀਆਂ ਹੁਣ ਤੋਹੀਂ ਗੋਆ ਚਾਂਦੀ ਕੋਈ ਲੋੜ ਨਹੀਂ ਕੀ ਕੇ ਜਿਹੜਾ ਸੋਦਾ ਗੋਆ ਤੋਂ ਹੁੰਦਾ ਉਹ ਸੋਦਾ ਜਿਹੜਾ ਸਾੜਾ ਜੰਮੂ ਚ ਤੋਂਣ ਲੱਗੀ ਪਿਆ ਹੁਣ ਨਵੀਂ ਪਾਲਸੀ ਜਿਹੜੀ ਆ ਰਹੀ ਐ ਐਕਸਾਈਜ਼ ਪਾਲਸੀ ਔਰੇ ਤਹਿਤ ਕੇ ਪਲਾਂ ਡਿਪਾਰਟਮੈਂਟਲ ਸਟੋਰਸ ਜਿੱਥੇ ਤੁਸੀਂ ਕੀ ਕਿਰਿਆਨਤ ਹੁੰਦਾ ਉਹ ਉਥੇ ਤੁਸੀਂ ਕੀ ਸ਼ਰਾਬਿਆਂ ਦੀ ਬੋਤਲਾਂ ਵੀ ਜੜੀਆਂ ਥੋਣੀਆਂ ਜਿੱਥੇ ਤੁਸੀਂ ਸਾੜੀਆਂ ਮਾਵਾਂ ਸਾੜੀਆਂ ਭੈਣਾਂ ਸੋਦਾ ਲੈਣ ਜਾਂਦੀਆਂ ਰਾਸ਼ਨ ਲੈਣ ਜਾਂਦੀਆਂ ਨਿੱਕੇ ਨਿੱਕੇ ਬੱਚੇ ਜਿਹੜੇ ਨਾ ਉਹ ਟਿਕੀਆਂ ਟਾਫੀਆਂ ਖਾਣ ਜਾਂਦੇ ਨੇ ਉਹਨੇ ਡਿਪਾਰਟਮੈਂਟਲ ਸਟੋਰ ਚ ਉਹਨ ਬੀਅਰ ਦੀ ਬੋਤਲਾਂ ਤੇ ਕੰਨੇ ਬੀਅਰ ਦੇ ਕੈਨ ਵੀ ਜਿਹੜੇ ਤੁਸੀਂ ਕੀ ਥੋਣ ਲੱਗੀ ਪੌਣੇ ਸਾਰੇ ਜਾਗਤ ਪਹਿਲੇ ਪਤਾ ਕੀ ਕਰਦੇ ਹੈ ਜੇ ਲੇਕਰੂਆਂ ਨੂੰ ਬਾਹਰ ਨਿਕਲਦੇ ਹੈ ਛੁਪੀਏ ਨਿਕਲਦੇ ਹੈ ਜਿਸ ਵੇਲੇ ਕੋਡ ਕਟ ਲਾਣਾ ਹੁੰਦਾ ਹੈ ਨੀ ਤੇ ਛੁਪੀਏ ਜਾਣਾ ਮਾਰਾ ਕਿ ਕਰੂਆਂ ਤੇ ਚਲੋ ਅਸ ਬਾਹਰ ਨਿਕਲੀਏ ਪਰ ਵਾਈਨ ਸ਼ਾਪ ਤੱਕ ਪੁੱਜਦੇ ਪੁੱਜਦੇ ਜੇ ਕਿਸੇ ਨੇ ਦਿਖੀ ਲਿਆ ਜੀ ਆ ਸਭ ਫੜ ਕੋਈ ਹੈ ਤੇ ਘਰੂਆਂ ਪੋਣਾ ਸ਼ੈਲ ਸੋਟਾ ਤਾਂ ਉਹ ਕੀ ਕਰਦੇ ਹੈ ਭਲਾ ਮਾਰਾ ਕੋਈ ਐਲਮਟ ਪਾਈ ਚੱਲੀ ਆਣੀ ਹੈ ਕੋਈ ਐਲਮਟ ਪਾਈ ਚੱਲੀ ਅੰਦਾ ਕੋਈ ਕੁਛ ਨੇ ਮਾਸਕ ਜਿਹੜਾ ਉਹ ਪਾਈ ਚੱਲੀ ਆਣਾ ਕੁਛ ਨੇ ਰਮਾਲ ਜਿਹੜਾ ਉਹ ਬੰਨੀ ਲੈਣਾ ਤਾਂ ਕਿ ਸਾਨੂੰ ਕੋਈ ਦਿਖੇ ਨੀ ਲੈ ਮੂਛ ਪਾੰਦੇ ਛਪਾੰਦੇ ਜਿਹੜਾ ਉਹ ਵਾਈਨ ਸ਼ਾਪ ਤੱਕ ਜਾਂਦੇ ਹੈ ਫਿਰ ਉਥੋਂ ਬੀਅਰ ਲੀਏ ਜਿਹੜਾ ਹੈ ਉਹ ਆਪਣੀ ਪਾਰਟੀ ਜੜੀ ਆਪਣਾ ਟੌਨੀ ਜਿਹੜਾ ਲਾਂਦੇ ਹੈ ਉਹ ਲਾਂਦੇ ਹੈ ਪਰ ਹੁਣ ਹੁਣ ਕਿਸੇ ਗਾੜ ਦਰ ਹੁਣ ਤੇ ਡਿਪਾਰਟਮੈਂਟਲ ਸਟੋਰ ਜਿਥੋਂ ਆਦਾ ਉਹ ਤਾਂ ਮੰਮੀ ਕੋਲ ਆਪੇ ਪੈਸੇ ਮੰਗਣ ਦੇਉ ਮੰਮੀ ਪੈਸੇ ਦੇਉ ਤਾ ਉਹ ਆਏ ਸੋਦਲਾ ਅੰਜਨਿਆ ਸੋਦਲਾ ਅੰਜਲੇ ਜਾਗੇ ਤ ਉਥੇ ਕੋਲੇ ਕੈਨ ਕੈਨ ਰਸਤੇ ਚ ਮੁਕੜੇ ਤਾਂ ਪਤਾ ਕਿਆ ਨਹੀਂ ਲਗਣਾ ਇੱਕ ਪਾਸੇ ਨੌਕਰੀਆਂ ਨਹੀਂ ਥੋਹਾਰੀ ਸਾਡੇ ਜਾਗਦੇ ਡਿਗਰੀਆਂ ਕਰੀ 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 ਨਿਪੜਾਇਆਂ ਕਰੀ ਕਰੀ ਬਾਲ ਹੋਈ ਦੇ ਚਿੱਟੇ ਸਪਨਾ ਲਿਆ ਹਾ ਕਿ ਇਹ ਡਿਗਰੀਆਂ ਕੰਪਲੀਟ ਕਰੀ ਆਸ ਲਾਗੇ ਨੌਕਰੀ ਤੇ ਨੌਕਰੀ ਤੇ ਥੋਈ ਨਹੀਂ ਥੋਵਾਲ ਕੀ ਇਹ ਛੜਕਾਂ ਦੇ ਪਰੇ ਸੜੀ ਦੀ ਧੁੱਪ ਇਹ ਥੋਵਾਰਾ ਔਰ ਉਥੇ ਨਾਰੇ ਬਾਜੀ ਜੜੀ ਕਰਾਦੇ ਲੇਕਿਨ ਦੂਏ ਵਕੀ ਨੌਕਰੀ ਤਾਂ ਨਹੀਂ ਹੋਵਾਂੀ ਪਰ ਸ਼ਰਾਬ ਟਾਂ ਟਾਂ ਜੜੀ ਹੋਣੀ ਸ਼ਰਾਬ ਜਿਹੜੀ ਹੈ ਪਹਿਲੇ ਵਾਈਨ ਸ਼ਾਪਾਂ ਤੇ ਤੁੰਦੀ ਸੀ ਹੁਣ ਉਥੇ ਕੇ ਬੀਰਾਂ ਜੜੀਆਂ ਇਹਨੇਗੀ ਡਿਪਾਰਟਮੈਂਟਲ ਸਟੋਰ ਚ ਜੜੀਆਂ ਉਹ ਥੋਣੀਆਂ ਉਹ ਇਸ ਚੀਜ਼ ਦਾ ਪੂਰਾ ਪੂਰਾ ਧਿਆਨ ਜੜਾ ਉਹ ਰੱਖੇ ਦਾ ਮਤਲਬ ਹੁਣ ਕੋਈ ਸ਼ਰਮ ਜੜੀ ਹੈ ਉਹ ਨਹੀਂ ਰੋਣੀ ਹੁਣ ਸਭ ਕੁਝ ਖੁੱਲੇ ਚ ਪਰਦੇ ਚਗੇ ਹੋਣਾ ਜਿੱਥੇ ਡਿਪਾਰਟਮੈਂਟਲ ਸਟੋਰ ਚ ਸਾਡੀਆਂ ਮਾਵਾਂ ਧੀਆ ਪੈਣਾ ਪਿਓ ਬੱਚੇ ਜਿਹੜੇ ਨੇ ਉਹ ਸੋਦਾ ਲੈ ਰਹੇ ਹੋਣੇ ਉਥੇ ਕੇ ਜਾਗਤ ਜਿਹੜੇ ਨੇ ਹੁਣ ਬੜੀ ਸ਼ਰਾਬਾਂ ਵੀ ਜੜੇ ਉਹ ਪੀਏ ਕਰਦੇ ਤੁਸ ਅਪੇ ਸਾਵ ਲਾਓ ਅੱਗੇ ਯੂਥ ਜਿਹੜਾ ਉਹ ਨੌਕਰੀ ਤਾਂ ਹੀ ਤਰਸਾਰਾ ਜਿਸ ਵੇਲੇ ਉਹ ਨਹੀਂ ਇਹੋਲੇ ਆਫਰ ਥੋਣ ਲੱਗੀ ਪਏ ਤੇ ਅਗਲੇ ਨੇ ਪੁੱਠੀ ਲੈਣ ਪਾਟਕਣਾ ਨਹੀਂ ਥਕੇ ਹੋਣਾ ਅਗਲੇ ਨੇ ਨਸ਼ੇ ਵਾਲੇ ਰਸਤੇ ਚੱਲਣਾ ਨਹੀਂ ਤੇ ਹੋਰ ਕਿਹ ਕਿਸ਼ ਹੋਣਾ ਨੌਕਰੀਆਂ ਜਿੱਥੇ ਥੋਣੀ ਚਾਹੀ ਰੂਣੀ ਉਹ ਨਹੀਂ ਥੋਵਾਰੀਆਂ ਪਰ ਬੀਅਰ ਦੀ ਬਹੁਤਨਾ ਟੈਂਪ ਟੂ ਟੈਂਪ ਜੜੀਆਂ ਉਹ ਮਿਲਾ ਕਰਦੀਆਂ ਇਹ ਚੀਜ਼ ਲਈਏ ਇੱਕ ਪਾਲਿਸੀ ਜਦੂ ਦੀ ਆਈ ਦੀ ਹੈ ਉਹਦੇ ਸ਼ਰਾਬੀਏ ਤਾਂ ਬੜੇ ਖੁਸ਼ ਹਨ ਕਿ ਮਾਰਾ ਹੋਰ ਸਸਤਾ ਹੀ ਆਉ ਵਾਂਝਾਬ ਤੇ ਨਹੀਂ ਬੜਨਾ ਬੜਾ ਮੰਨੇ ਗਏ ਬੜਾ ਡਿਪਾਰਟਮੈਂਟ ਸਟੋਰ ਚੋਂ ਉਥੋਂ ਲਿਆ ਥੋੜਾ ਸੋਦ ਲਿਆ ਇੱਕ ਜੇਬੇ ਪਾਈ ਕੇ ਆਂਦੇ ਬੋਤਲ ਤੇ ਚਲੋ ਆਈਏ ਘਰ ਪਰ ਜਿਹੜੇ ਬਾਕੀ ਲੋਕ ਨੇ ਜਿਹੜੇ ਸ਼ਰਾਬ ਦੇ ਖਿਲਾਫ ਬੋਲਦੇ ਨੇ ਜਿਹੜੇ ਨਸ਼ਿਆਂ ਦੇ ਖਿਲਾਫ ਬੋਲਦੇ ਨੇ ਜਿਹੜੇ ਇਸ ਪਾਲਿਸੀ ਦੇ ਖਿਲਾਫ ਨੇ ਉਹ ਬੜੇ ਕੇ ਜ਼ਿਆਦਾ ਨਾਰਾਜ਼ ਹੈ ਸਰਕਾਰ ਕੋਲ ਬੜੇ ਜ਼ਿਆਦਾ ਨਾਰਾਜ਼ ਹੈ ਉਹਦਾ ਇਹ ਆਖਣਾ ਕਿ ਇਹ ਮੰਦਰਿਆਂ ਦਾ ਸ਼ਹਿਰ ਸਾਡੇ ਜੰਮੂ ਦੀ ਗੇ ਪਣਛਾਨ ਹੈ ਕਿ ਇਹ ਸਿਟੀ ਆਫ ਟੈਂਪਲਸ ਹੈ ਹਰ ਗਲੀ ਚ ਹਰ ਮਹੱਲੇ ਚ ਹਰ ਨੁੱਕੜ ਚ ਤੁਸੇਂਗੀ ਇੱਕ ਮੰਦਿਰ ਜਿਹੜਾ ਉਹ ਜ਼ਰੂਰ ਥੋ ਪੁਰਾਣਾ ਮੰਦਿਰ ਔਰ ਔਰੀ ਆਸਥਾ ਜਿਹੜੀ ਲੋਕਾਂ ਦੀ ਜੁੜੀ ਦੀ ਆ ਮੰਦਰੀਆਂ ਕਰਨੇ ਉਹ ਬਖਰੀ ਹੈ ਦੂਰ ਦੂਰ ਸ਼ਰਧਾਲੂ ਜਿਹੜੇ ਨੇ ਉਹ ਆਂਦੇ ਕਿ ਜੰਮੂ ਚ ਮੰਦਿਰ ਬਣੇ ਨਾ ਇੱਥੇ ਮੱਥਾ ਟੇਕਣ ਤਾਂ ਹੀ ਜੰਨੇ ਪਰ ਓਨ ਜਿਸ ਵੇਲੇ ਇਹ ਲਈਆਂ ਪਾਲਥੀਆਂ ਚੱਲਣ ਲੱਗੀ ਪਈਆਂ ਤੇ ਦੂਰੋਂ ਲੋਕਾਂ ਆਈ ਇਹ ਭਲਾ ਕੀ ਦਿਖਣਾ ਕਿ ਇਹ ਸਿਟੀ ਆਫ ਟੈਂਪਲਸ ਹੈ ਜਾਂ ਫਿਰ ਮਹਾਰਾਜ ਸ਼ਰਾਬਿਆਂ ਦਾ ਅੱਡੇ ਜਿਹੜੇ ਹੁੱਲੇ ਦੇ ਨੇ ਤਾ ਕਰੀਏ ਇਹ ਪਾਲਿਸੀ ਦੇ ਬਾਰੇ ਚ ਸਰਕਾਰ ਦੀ ਇੱਕ ਵਾਰੀ ਪਰਤੀ ਜਿਹੜਾ ਉਹ ਸੋਚਣਾ ਚਾਹ ਰਿਹਾ ਕਿ ਕਿ ਜਨਤਾ ਬੜੀ ਨਰਾਜ਼ ਹੈ ਲੋਕ ਪ੍ਰੋਟੈਸਟ ਵੀ ਕਰਾ ਦੇਣਾ ਕਿ ਮਹਾਰਾਜ ਇਹ ਪਾਲਿਸੀ ਜਿਹੜੀ ਹੈ ਉਹ ਅਸਾਂ ਦੀ ਨਹੀਂ ਪਸੰਦ ਆਈ ਵਿਸ਼ੇ ਜੇ ਜਿਸ ਵੇਲੇ ਸ਼ਰਾਬ ਦੀ ਨਵੀਆਂ ਦੁਕਾਨਾਂ ਖੁੱਲਾ ਦੀ ਉਸ ਵੇਲੇ ਵੀ ਲੋਕਾਂ ਜਿਹੜਾ ਉਹ ਬੜਾ ਗੁੱਸਾਦਸ ਆ ਹ ਜਨਾਨੀਆਂ ਤੱਕ ਬੱਚੇ ਤੱਕ ਜਿਹੜਾ ਨਾ ਉਹ ਛੜਕੀਆਂ ਉੱਪਰ ਆਈਏ ਉਹਨੇ ਇਹ ਆਖਿਆ ਕਿ ਅਸ ਆਪਣੇ ਸ਼ਹਿਰ ਦੀ ਆਪਣੇ ਮੱਲੇ ਦੀ ਆਪਣੇ ਬੱਚਿਆਂ ਦੀ ਤਬਾਹ ਨਹੀਂ ਹੋਣ ਦੇਣਾ ਉਹ ਰਸੇ ਸ਼ਰਾਬਾਂ ਦੀ ਦੁਕਾਨਾਂ ਜੜੀਆਂ ਉਹ ਨਹੀਂ ਖੁੱਲਣ ਦੇਣੀਆਂ ਜੋ ਕਿ ਕੱਲ ਸੱਚ ਵੀ ਹੈ ਪਰ ਉਥੇ ਕੀ ਦਿਖਨੇਗੀ ਤੋਂ ਆਰਾ ਕਿ ਉਹਨ ਵਾਈਨ ਸ਼ਾਪਾਂ ਨਹੀਂ ਮਾਰਾ ਵਾਈਨ ਸ਼ਾਪਰ ਤਾਂ ਆ ਗਏ ਆ ਉਹਨੇ ਇਹ ਕਿੰਨੇ ਕੰਨੇ ਜਿੱਤ ਤੋਂ ਸੌਦਾ ਲੈਣ ਜਾਂਦੇ ਉੱਥੇ ਵੀ ਜੜੀਆਂ ਤੁਸੀਂ ਸਾਰੀ ਚੀਜ਼ਾਂ ਥੋਈ ਜਾਣੀਆਂ ਉੱਥੇ ਵੀ ਸਹੂਲਤਾਂ ਜਣੀਆਂ ਹੋ ਸ਼ਰਾਬੀਆਂ ਥੋੜੀ ਜਿਹੜੇ ਤੇ ਤਬਾਹੀ ਦੇ ਉਹ ਤਾਂ ਠੀਕ ਨੇ ਤੇ ਜਿਹੜੇ ਬੱਚੇ ਕੁਜੇ ਦੇ ਹੁਣ ਇਹ ਤਾਂ ਜੀਣ ਤੋਂ ਇਹੋ ਲਈਆਂ ਤੁਸੀਂ ਆਫਰਾਂ ਲਾਉਂਦੇ ਰੋਗੀ ਡਿਪਾਰਟਮੈਂਟਲ ਸਟੋਰਾਂ ਚਾਹੀਏ ਕਿ ਡੋਲ ਕੇ ਮਾਰਾ ਅੰਦਰ ਬੜਾ ਡਾਫੋ ਤੇ ਚੱਲੋ ਨਿਗਲੀ ਆਓ ਤੇ ਇਹੋ ਲਿਆ ਕੰਮ ਜੇ ਸ਼ੁਰੂ ਹੋਈ ਆ ਤੇ ਤਬਾਹੀ ਹੋਈ ਆਣੀ ਹੈ ਜੰਮੂ 'ਚ ਤਾਂ ਕਰੀਏ ਬਸ ਇਹੋ ਆਖਰੀ ਜਦਦੇ ਜਾਂਦੇ ਇਹ ਸਾਡਾ ਮੰਦਰਿਆਂ ਦਾ ਸ਼ਹਿਰ ਹੈ ਇਸੇ ਮੰਦਰਿਆਂ ਦਾ ਸ਼ਹਿਰ ਰੋਣ ਦੋ ਸ਼ਰਾਬੀਆਂ ਦਾ ਅੱਡਾ ਜਿਹੜਾ ਉਹ ਨਹੀਂ ਬਣਾਉਂਦਾ ਤੁਸ ਅਪੇਸਾਬ ਲਾਓ ਇਹਦੇ ਕਿੰਨੇ ਹੋਣਾ ਕਿ ਕਿੰਨੀ ਤਬਾਈ ਹੋਣੀ ਸਾਡੇ ਜੰਮੂ ਚ ਤਾਂ ਅੱਲੇ ਵੀ ਮੌਕਾ ਹੈ ਇਹ ਪਾਲਿਸੀ ਤੁਸੀਂ ਵਾਪਸ ਲਈ ਸਕਦੇ ਹੋ ਵਰਨਾ ਫਿਰ ਹੋਈਆਂ ਨਾ ਕੰਮ